ਰਮਣੇ ਪਿੰਡ ਸਤਿ ਸ੍ਰੀ ਅਕਾਲ ਜੀ ਗੁੱਜਰ ਵਾਲਾ ਜੀ ਗੁਜਰਾਲ ਬਾਜੀ ਕੋਲੇ ਕਿਵੇਂ ਆਉਣਾ ਹੋਇਆ ਬਾਜੀ ਬਾਈ ਕੋਲੇ ਮੈਨੂੰ ਆਪਣੇ ਰਾਜੂ ਵੀਰਾ ਇਟਲੀ ਤੋਂ ਹਾਂਜੀ ਮੈਂ ਗਰਾਊਂਡ 'ਚ ਜਾਂਦਾ ਹੁੰਦਾ ਸੀਗਾ ਪ੍ਰੈਕਟਿਸ ਕਰਨ ਅੱਛਾ ਤੇ ਉੱਥੋਂ ਕਿਸੇ ਨੇ ਦੱਸਿਆ ਵੀ ਰਾਜੂ ਵੀਰਾ ਵੀ ਪ੍ਰੈਕਟਿਸ ਨੂੰ ਥੋੜ੍ਹਾ ਤੁਹਾਨੂੰ ਪਤਾ ਹੀ ਆ ਤੇ ਸਾਥ ਭਾਲਦਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਪ੍ਰੈਕਟਿਸ ਕਰਿਆ ਕਰਨੀ ਆ ਅਸੀਂ 10 ਕੁ ਦਿਨ ਪ੍ਰੈਕਟਿਸ ਕਰੀ ਗਰਾਊਂਡ 'ਚ ਆਪਣੇ ਪਿੰਡ ਹੀ ਗੁਜਰਾਲ ਹੀ ਤੇ ਉਦੋਂ ਬਾਅਦ ਰਾਜੂ ਵੀਰੇ ਨੂੰ ਪਤਾ ਲੱਗਿਆ ਵੀ ਬਾਈ ਮਿਹਨਤ ਕਰਾਉਂਦਾ ਵਾ ਤੇ ਮੈਨੂੰ ਫੋਨ ਲਾਇਆ ਬਾਈ ਨੂੰ ਮੰਡੀ ਕੈਂਪ ਸੀਗਾ ਉਦੋਂ ਤੇ ਬਾਈ ਨੂੰ ਪੁੱਛਿਆ ਵੀ ਕਦੋਂ ਕੈਂਪ ਸਟਾਰਟ ਹੋਣਾ ਉਦੋਂ ਲੋਕਡਾਊਨ ਬਿਮਾਰੀ ਚੱਲ ਰਹੀ ਸੀ ਕਰੋਨਾ ਬਹੁਤ ਜ਼ਿਆਦਾ ਬਾਈ ਨੂੰ ਫੋਨ ਕਰਿਆ ਜਿਵੇਂ 15 ਤਰੀਕ ਨੂੰ ਫੋਨ ਕਰਿਆ ਬਾਈ ਕਹਿੰਦਾ ਵੀ 19 ਤਰੀਕ ਨੂੰ ਆਪਣਾ ਕੈਂਪ ਸ਼ੁਰੂ ਹੋ ਜਾਣਾ ਤੇ ਮੈਨੂੰ ਬਾਈ ਛੱਡਿਆ ਉੱਥੇ ਤੇ ਮੇਰਾ ਗੋਡਾ ਇੰਜਰੀ ਹੋਈ ਸੀ ਗੋਡੇ ਤੇ ਯਾਨੀ ਕਿ ਜਦੋਂ ਪ੍ਰੈਕਟਿਸ ਕਰਨ ਲੱਗਿਆ 4 ਕੁ ਦਿਨ ਤਾਂ ਮੈਨੂੰ ਐਂ ਲੱਗਿਆ ਵੀ ਨਹੀਂ ਭੱਜਾਂ ਇੱਥੋਂ ਬਸ ਹੌਲੀ 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 ਗੋਡਾ ਪ੍ਰੈਕਟਿਸ ਹੀ ਐਂ ਹੋਈ ਵੀ ਹੌਲੀ 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 ਗੋਡਾ ਲੋਟ ਹੁੰਦਾ ਗਿਆ ਜਿਉਂ ਜਿਉਂ ਗੋਡਾ ਲੋਟ ਹੁੰਦਾ ਗਿਆ ਪ੍ਰੈਕਟਿਸ ਵੀ ਵੱਧਦੀ ਗਈ ਰੇਡ ਪਾਉਂਦੇ ਆ ਤੁਸੀਂ ਹਾਂਜੀ ਰੇਡ ਪਾਉਂਦਾ ਜੀ ਤੇ ਜਿਹੜੀ ਹੁਣ ਬਾਜੀ ਵੀਰ ਦੀਆਂ ਉਮੀਦਾਂ ਨੇ ਐਨ ਖਰਾ ਉਤਰੂ ਜੀ ਯਾਨੀ ਕਿ ਕਹਿਣ ਦਾ ਮਤਲਬ ਜਦੋਂ ਮੈਂ 2015 ਚ ਖੇਡਣ ਲੱਗਿਆ 15 ਚ ਮੇਰੇ ਸੱਟ ਲੱਗ ਗਈ ਆਪਣੇ ਨੰਗਲਾ ਪਿੰਡ ਆ ਡੇਲੋਂ ਕੋਲੇ ਤੇ ਉੱਥੇ ਸੱਟ ਲੱਗ ਗਈ ਉਦੋਂ ਬਾਅਦ ਯਾਨੀ ਕਿ ਮੈਂ ਸਾਥ ਜਿਹਾ ਛੱਡ ਗਿਆ ਸੀ ਵੀ ਹੁਣ ਖੇਡਿਆ ਨੀ ਜਾਣਾ ਤੇ ਉਦੋਂ ਬਾਅਦ ਯਾਨੀ ਕਿ ਗੋਡਾ ਲੋਟ ਹੁੰਦਾ ਗਿਆ ਸਟੀਰ ਆਰਟ ਕਰਦਾ ਸੀ ਮੈਂ ਐ ਨੀ ਵੀ ਆਪਾਂ ਝੂਠ ਬੋਲਦੇ ਆ ਸਮਾਨ ਕਰਿਆ ਯਾਨੀ ਕਿ ਮੇਰਾ 92-95 ਕਿਲੋ ਭਾਰ ਹੁੰਦਾ ਸੀ ਜਦੋਂ ਸਟੀਰ ਆਰਟ ਕਰਿਆ ਮੈਂ ਤੇ ਇੱਥੇ ਆਇਆ ਹੁਣ ਤੁਹਾਡੇ ਸਾਹਮਣੇ ਬੈਠਾ ਹੁਣ ਤੱਕ ਤੇ ਲੋਕ ਕਹਿਣਗੇ ਵੀ ਝੂਠ ਬੋਲਦਾ ਸੂਈ ਵੀ ਨੀ ਟੱਚ ਮੇਰਾ ਇਸ ਟਾਈਮ 1 ਕੁਇੰਟਲ 10 ਕਿਲੋ ਭਾਰ ਜਿਹੜੇ ਬਾਜੀ ਵੀਰ ਨੇ ਦੱਸਿਆ ਵੀ ਮਿਹਨਤ ਕਰਕੇ ਗੋਡਾ ਵੀ ਮਿਹਨਤ ਨਾਲ ਲੋਡ ਕਰਿਆ ਜੀ ਕੋਈ ਟੀਮ ਜਾਊ ਤਾਂ ਬੰਦਾ ਕਹੂਗਾ ਚਲੋ ਇਹ ਰਮਣਾ ਗੁਜਰਾਲ ਹੋਰ ਬਾਜੀ ਵੀਰ ਕਿਹੜਾ ਇਹ ਭਤੀਜਾ ਜੀ ਆਪਣਾ ਅੱਛਾ ਬੱਬੂ ਵੀਰ ਇਹ ਜਾਫੀ ਆ ਜਾਫੀ ਵੀਰ ਹਾਂਜੀ ਜਾਫੀ ਆ ਜੀ ਚਾਚੇ ਜਿੰਨਾ ਫਿਰ ਕੰਮ ਕਰੋਗੇ ਹਾਂਜੀ ਜਰੂਰ ਕਰਾਂਗੇ ਜੀ ਅੱਛਾ ਮਿਹਨਤ ਕਰਦੇ ਆ ਛੋਟੇ ਹੁੰਦੇ ਤੋਂ ਪਹਿਲਾਂ ਤੋਂ ਹੀ ਕਰਦੇ ਆ ਅੱਛਾ ਪਹਿਲਾਂ ਦਾਦਾ ਕਰਾਉਂਦਾ ਹੁੰਦਾ ਸੀ ਉਹ ਜਾਣੀ ਕਹਿ ਦਈਏ ਵੀ ਆਪਣੇ 8ਵੀਂ 9ਵੀਂ ਤੋਂ ਮਿਹਨਤ ਕਰਦਾ ਜੀ ਅੱਛਾ ਹਾਂਜੀ ਤੇ ਕਿਹੜੇ ਪਲੇਅਰ ਐਸ ਕੀ ਟਾਰਗੇਟ ਨੇ ਬਈ ਮੈਂ ਇਹਨਾਂ ਨੂੰ ਜੱਫੇ ਲਾਉਣੇ ਆ ਕੋਈ ਮਰਜ਼ੀ ਆ ਜਵੇ ਨਹੀਂ ਫੇਰ ਵੀ ਦਿਮਾਗ 'ਚ ਹੁੰਦਾ ਜੇ ਆਪਾਂ ਹੁਣ ਵਧੀਆ ਨੂੰ ਫੜਾਂਗੇ ਤਾਂ ਹੀ ਵਧੀਆ ਹੋਵਾਂਗੇ ਜੀ ਵਧੀਆ ਹਾਂਜੀ ਹਾਂਜੀ ਜਿਵੇਂ ਹੁਣ ਮੈਚ ਜਿਹਦੇ ਨਾਲ ਹੋਊਗਾ ਤਕਰੀਬਨ ਜਿਹੜੇ ਵਧੀਆ ਰੇਡਰ ਆ ਉਮੀਦ ਤਾਂ ਇਹੀ ਆ ਵੀ ਉਹਨਾਂ ਨੂੰ ਪੂਰਾ ਜਾਣੀ ਦਵਾਂਗੇ ਟਫ ਟਾਈਮ ਦਵਾਂਗੇ ਜੀ ਟਫ ਟਾਈਮ ਦਵਾਂਗੇ ਹਾਂਜੀ ਹਾਂਜੀ ਪੂਰੀ ਐਤਕੀ ਮਿਹਨਤ ਲੱਗੀ ਆ ਹਾਂਜੀ ਹਾਂਜੀ ਤਿਆਰੀ ਆ ਜੀ ਠੀਕ ਆ ਚਲੋ ਇਹ ਸੀਗੇ ਹੋਰ ਬਾਜੀ ਵੀਰ ਕਿਉਂਕਿ ਜਿਹੜੀ ਆਓ ਬਈ ਸਤੀਸ਼ ਆ ਬਈ ਇਹ ਸੰਗ ਦੇ ਜੀ ਹਜੇ ਮੈਂ ਨਵੇਂ ਹੈ ਨਾ ਬਾਜੀ ਨਾਲ ਰਹਿ ਕੇ ਸੰਗਣਾ ਵਾਲੀ ਗੱਲ ਤਾਂ ਦੂਰ ਹੋ ਜਾਣੀ ਆ ਤੇ ਇਹ ਕਿੱਥੋਂ ਨੇ ਗੱਭਰੂ ਸਾਰੇ ਕਿੱਥੋਂ ਕਿੱਥੋਂ ਦੂਰੋਂ ਦੂਰੋਂ ਕਿੱਥੋਂ ਬਾਜੀ ਰਾਜਸਥਾਨ ਤੋਂ ਨੇ ਮੁੰਡੇ ਕੁਛ ਅੱਛਾ ਯੂਪੀ ਤੋਂ ਵੀ ਨੇ ਅੱਛਾ ਤੇ ਬਾਕੀ ਹਰਿਆਣੇ ਚੋਂ ਨੇ ਬਾਜੀ ਵੀ ਜੇ ਹੁਣ ਆਹ ਆਪਣੇ ਮਾਲਵਾ ਟੀਵੀ ਤੇ ਲੱਖਾਂ ਬੰਦਿਆਂ ਨੇ ਇਹ ਦੇਖਣੀ ਆ ਹਾਂਜੀ ਪੰਜਾਬ ਦਾ 1 ਨੰਬਰ ਚੈਨਲ ਆ ਹੋਰ ਤੇਰੇ ਕੋਲੇ ਕੋਈ ਮੁੰਡੇ ਆਉਣੇ ਚਾਹੁੰਦੇ ਹੁਣ ਆ ਸਕਦੇ ਜੀ ਦੇਖੋ ਅਸੀਂ ਸਾਡੀ ਫੀਸ ਆ 11,000-10,000 ਰੁਪਈਆ ਲੈਣਾ ਮਹੀਨੇ ਦਾ ਜਿਹੜਾ ਘਰੋਂ ਪੁੱਛ ਲਈਦਾ ਬਈ ਭਾਈ ਕੀ ਕੰਮ ਕਰਦਾ ਜ਼ਮੀਨ ਜਾਇਦਾਦ ਹੈਗੀ ਹਾਂ ਬਈ ਹੈਗੀ ਕੀ ਕਰਦਾ ਡੈਡੀ ਸਰਕਾਰੀ ਨੌਕਰੀ ਕਰਦਾ ਕੀ ਕਰਦਾ ਹਾਂ ਉਦੋਂ ਲੈਂਦੇ ਅਸੀਂ 21,000 ਰੁਪਈਆ ਅੱਛਾ 2 ਮਹੀਨਿਆਂ ਦਾ ਅੱਛਾ 2 ਮਹੀਨੇ ਬਾਅਦ ਅਸੀਂ 5,000-6,000-7,000 ਘਟਾ ਦਿੰਦੇ ਹਾਂ ਉਹਦਾ ਅੱਛਾ ਮਤਲਬ ਅੱਧੀ ਕਰ ਦਿੰਦੇ ਫੀਸ ਠੀਕ ਹੈ ਜੀ ਰੋਟੀ ਪਾਣੀ ਵਧੀਆ ਦਿੰਦੇ ਹਾਂ ਏਸੀ ਲੱਗਿਆ ਹੋਇਆ ਰਹਿਸ਼ ਵਧੀਆ ਸਾਰਾ ਕੁਛ ਵਧੀਆ ਅੱਛਾ ਮੈਂ ਇੱਕ ਗੱਲ ਹੋਰ ਵੀਰ ਦੀ ਪਹੁੰਚਣੀ ਚਾਹੁੰਦਾ ਤੁਸੀਂ ਨਵੇਂ ਮੁੰਡੇ ਆਏ ਹੋ ਜਿੰਨੇ ਕੁ ਤੁਸੀਂ ਓਨੀ ਡਾਇਟ ਤਾਂ ਮਿਲ ਰਹੀ ਹੈ ਨਾ ਤੁਹਾਨੂੰ ਨਹੀਂ ਸਹੀ ਦੱਸਿਓ ਜਿੰਨੇ ਤੁਸੀਂ ਲਾਏ ਹੋ ਕੱਲ ਨੂੰ ਜਾ ਕੇ ਕੋਈ ਹੋ ਕਹੋ ਬਈ ਹਾਂ ਦੇਖੋ ਵੀਰ ਦਾ ਮਿਹਨਤ ਕਰਾਉਣੀ ਹੈ ਬਹੁਤ ਵੱਡੀ ਗੱਲ ਆ ਤੁਸੀਂ ਬਣਨ ਆਏ ਹੋ ਪਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਲਾਉਣਾ ਕਿਉਂਕਿ ਖਰਚਾ ਘਿਓ ਆ ਚਾਹੇ ਬਦਾਮ ਆ ਮਹਿੰਗਾ ਖੁਰਾਕ ਆ ਹਨਾ ਜਿੰਨੇ ਕੁ ਜਾਣੀ ਵੀਰ ਦਾ ਜੇ ਲਈਏ ਆਪਾਂ ਬਈ ਓਨੇ ਕੁ ਤੁਹਾਨੂੰ ਉਹ ਪੂਰਾ ਜਿੰਨਾ ਦਿੱਤਾ ਆ ਰਿਹਾ ਉਦੋਂ ਵੱਧ ਹੀ ਆ ਰਿਹਾ ਚਲੋ ਇਹ ਵੀ ਗੱਲ ਹੈ ਕਿਉਂਕਿ ਦੱਸਣਾ ਬਾਜੀ ਵੀਰ ਹੋਰ ਜਿਹੜਾ ਘਰੋਂ ਵੀ ਕੋਈ ਇਹ ਨੀ ਗੱਲ ਵੀ ਲੈਣੀ ਨੀ ਲੈਣੀ ਆ ਜੇ ਕੋਈ ਘਰੋਂ ਗਰੀਬ ਆ ਬਈ ਭਾਈ ਕਿੰਨੀ ਦੇ ਸਕਦਾ 2,000 ਕੋਈ ਗੱਲ ਨੀ ਆ ਜਾ 1,500 ਕੋਈ ਗੱਲ ਨੀ ਆ ਜਾ ਫਿਰ ਉਹ 2 ਦਿਨ ਬਾਅਦ ਜੀ ਜਿਵੇਂ ਹੁਣ ਇਹ ਮੁੰਡੇ ਦੱਸਦੇ ਆ ਵੀ ਲਾ ਕੇ ਉਹ ਭੱਜ ਫਿਰ ਪਹਿਲਾਂ ਕੋਈ ਉਹ
ਦੂਜਿਆਂ ਦਾ ਵੀ ਮਨ ਖਰਾਬ ਹੋ ਜਾਂਦਾ ਯਾਰ ਬਈ ਭੱਜ ਗਿਆ ਕਈ ਕਹਿੰਦਾ ਹੁਣ ਤਾਂ ਪਹਿਲਾਂ ਬਾਹਲੇ ਭੱਜਿਆ ਹੁਣ ਤਾਂ ਅਸੀਂ ਕਰਦੇ ਹਾਂ ਪੱਕਾ ਹੀ ਹੁਣ ਸਾਡਾ ਕਾਗਜ਼ ਬਣਾ ਹੋਇਆ ਅਸੀਂ ਕਨੈਕਟ ਕਰਦੇ ਹਾਂ ਪੱਕਾ ਸਾਈਨ ਕਰਾਉਂਦੇ ਹਾਂ ਨਾਲ ਜਿਹੜਾ ਛੱਡਣ ਵਾਲਾ ਉਹ ਤੋਂ ਕਰਾਉਂਦੇ ਹਾਂ ਬਈ ਭਾਈ 2 ਮਹੀਨੇ ਤਾਂ ਅਸੀਂ ਜਾਣ ਨੀ ਦੇਣਾ ਠੀਕ ਆ ਕੋਈ ਜ਼ਿਆਦਾ ਕੰਮ ਆ ਐਮਰਜੈਂਸੀ ਆ ਚੱਲਿਆ ਜਾ ਨਹੀਂ 2 ਮਹੀਨੇ ਛੁੱਟੀ ਨੀ ਮਿਲਣੀ ਹਾਂਜੀ ਨਹੀਂ ਉਹ ਜੇ ਵਿੱਚੋਂ ਉਹਦੇ ਫਿਰ ਉਹਦੇ ਲਈ ਕਿੱਦਾਂ ਬਈ ਮਾਲਾ ਵਿੱਚੋਂ ਕੋਈ ਬੰਦਾ ਖਿਸਕ ਜਾਵੇ ਫਿਰ ਉਹਦੇ ਲਈ ਖਿਸਕ ਜਾਵੇ ਫਿਰ ਕਹਿ ਦਈਦਾ ਭਾਈ ਛੱਡ ਜਾਓ ਇਹਨੂੰ ਠੀਕ ਆ ਕਾਹਨੂੰ ਤੁਸੀਂ ਫੀਸ ਭਰੀ ਆ ਤੁਸੀਂ ਨੁਕਸਾਨ ਕਰਦਾ ਤੁਹਾਡਾ ਇਹਨਾਂ ਨੂੰ ਵੀ ਕਹੀਦਾ ਜਦ ਤੁਸੀਂ ਫੀਸ ਭਰੀ ਆ ਪੁੱਤ ਆਪਦਾ ਮਿਹਨਤ ਲਾਓ ਠੀਕ ਆ ਬਣੋ ਆਪਦਾ ਤਪੱਸਿਆ ਕਰੋ ਕੋਈ ਗੱਲ ਨੀ ਬਹੁਤ ਤੁਹਾਨੂੰ ਵਧੀਆ ਟਾਈਮ ਮਿਲਿਆ ਹੋਇਆ ਟੀਮ ਆਪਣੇ ਕੋਲ ਛੁੱਟੀ ਕੋਈ ਨੀ ਮੇਰੀ ਇਹ ਨੀ ਗੱਲ ਬਈ ਮੈਂ ਸਿਟੀ ਮੂੰਹ ਚ ਪਾ ਕੇ ਇੱਧਰ ਨੂੰ ਜਾਓ ਇੱਧਰ ਨੂੰ ਭੱਜੋ ਨਾ ਆਪ ਕਰਾਉਣੀ ਆ ਨਾਲ ਮੈਂ ਕਰਦਾ ਨਹੀਂ ਇਹ ਤਾਂ ਨਾਲ ਇਹ ਕਰਦੇ ਆ ਬਾਜੀ ਵੀਰ ਬਾਕੀ ਮੈਂ ਮੁੰਡੇ ਜਿਵੇਂ ਹੁਣ ਬਾਈ ਖੇਡੂਗਾ ਵਿੱਚ ਤੁਹਾਨੂੰ ਬਹੁਤ ਵੱਡਾ ਬੈਨੀਫਿਟ ਪੈਣਾ ਕਿਉਂਕਿ ਹਰੇਕ ਪਲੇਅਰ ਦਾ ਤਕੜੇ ਪਲੇਅਰ ਕੰਨੀ ਟਾਰਗੇਟ ਤਾਂ ਰਹਿੰਦਾ ਬਈ ਇਹ ਪਤਾ ਨੀ ਕਿੱਥੋਂ ਬੁੱਢਾ ਸ਼ੇਰ ਜੱਫਾ ਲਾ ਜਾਵੇ ਹਜੇ ਤਾਂ ਸ਼ੇਰ ਹੀ ਆ ਦਾਤਾ ਉਹਨੇ ਇਹਦਾ ਬੈਨੀਫਿਟ ਤਾਂ ਮਿਲੂ ਜਿੱਥੇ ਤੁਹਾਨੂੰ ਇਹ ਤਾਂ ਜੀ ਬਹੁਤ ਬੈਨੀਫਿਟ ਆ ਹੁਣ ਨਾਲ ਖੜੇ ਦਾ ਬਹੁਤ ਜ਼ਿਆਦਾ ਪ੍ਰਭਾਵ ਆ ਹੁਣ ਵੀ ਤਕਰੀਬਨ ਰੇਡਰ ਸਾਰੇ ਪੂਰਾ ਐਂ ਡਰਦੇ ਨੇ ਡਰਨਾ ਤਾਂ ਡਰਨਾ ਹੀ ਆ ਕਿਉਂਕਿ ਫਿੱਟ ਆ ਹਜੇ ਬੰਦਾ ਇਹ ਜਾਣੀ ਬੈਨੀਫਿਟ ਮਿਲੂਗਾ ਹਾਂਜੀ ਬਹੁਤ ਬੈਨੀਫਿਟ ਆ ਜੀ ਸਾਨੂੰ ਸਿੱਖਣ ਨੂੰ ਵੀ ਮਿਲੂਗਾ ਸਿੱਖਣ ਨੂੰ ਮਿਲੂਗਾ ਵਿੱਚ ਹੈ ਨਾ ਸਾਰਾ ਕੁਝ ਮੰਨ ਲਓ 25 ਸਾਲ ਕਬੱਡੀ ਨੂੰ ਦੇਤੇ ਹਾਂਜੀ ਹਾਂਜੀ ਬਾਕੀ ਆਪਣੇ ਕਲੱਬਾਂ ਪਿੰਡਾਂ ਵਾਲੀਆਂ ਕਲੱਬਾਂ ਮੂਹਰੇ ਹੱਥ ਬੰਨ ਕੇ ਬੇਨਤੀ ਆ ਬਾਈ ਤੁਹਾਡੇ ਮੂਹਰੇ ਤੁਸੀਂ 20-20 ਕੌਡੀਆਂ ਦਵੋ 15-15 ਕੌਡੀਆਂ ਦਵੋ ਜੇ ਕੌਡੀ ਪਹੁੰਚਾਉਣੀ ਆ ਇਹ ਕੀ ਗੱਲ ਆ ਤੁਸੀਂ 100-150 ਟੀਮ ਕਰ ਲੈਂਦੇ ਹੋ ਯਾਰ 4-4 ਕੌਡੀਆਂ ਦੱਸੋ ਹੈ ਇਹ ਕਿਹੜੀ ਕੌਡੀ ਆ 4-4 ਕੌਡੀਆਂ ਆ ਜਵਾਕ ਖੇਲਣ ਚਲੇ ਗਏ 3-3 ਕੌਡੀਆਂ 65 ਕਿਲੋ ਵਾਲੇ ਇਹ ਕਿਹੜੀ ਕੌਡੀ ਆ ਯਾਰ ਬਾਜੀ ਇੱਕ ਇਹਨਾਂ ਨੂੰ ਤਾਂ ਆਪਾਂ ਬਲੇਮ ਨਹੀਂ ਦੇ ਸਕਦੇ ਕੌਡੀ ਵਾਲੇ ਵੀ ਆਥਣੇ 3 ਵਜੇ ਜਾਂਦੇ ਆ ਫਿਰ ਉਹ ਕਰਨ ਕੀ ਗਲਤ ਗੱਲ ਆ ਟਾਈਮ ਸਿਰ ਪਹੁੰਚਾ ਨਹੀਂ ਇਹਦਾ ਤਾਂ ਦੇਖੋ ਗੱਲ ਟੀਮ ਹੀ ਨਾ ਐਂਟਰ ਕਰੋ ਟੀਮ ਹੀ ਨਾ ਐਂਟਰ ਕਰੋ ਕਬੱਡੀ ਵਾਲੇ ਵੀਰ ਜੀ ਤੁਸੀਂ ਕਬੱਡੀ ਵਾਲੇ ਹੋ ਤੁਸੀਂ ਜਾਂਦੇ ਹੋ 3 ਵਜੇ ਲੋਕ ਜਿਹੜੇ ਦਰਸ਼ਕ ਆ ਉਹ ਵੀ ਦੁਖੀ ਆ ਬਈ ਰਾਤ ਨੂੰ ਯਾਰ ਸ਼ਰਾਬ ਬੰਦਿਆਂ ਦੀ ਖਾਧੀ ਪੀਤੀ ਆ ਟੂਰਨਾਮੈਂਟ ਵਾਲੇ ਉਹਨਾਂ ਨੂੰ ਲਾਈਟਾਂ ਦੇ ਖਰਚੇ ਧੁੰਦ ਦੇ ਖਰਚੇ ਐਵੇਂ ਕੈਮਰੇ ਮੂਹਰੇ ਚੱਲੀ ਜਾਣ ਇਹ ਕਬੱਡੀ ਦਾ ਤਾਂ ਪਲੇਅਰ ਵੀ ਬੇੜਾ ਗਰਕ ਕਰ ਰਹੇ ਆ ਪਲੇਅਰ ਆ ਉਹਨਾਂ ਨੂੰ ਟੀਮ ਹੀ ਨਾ ਐਂਟਰ ਕਰਨ ਹੋ ਟਾਈਮ ਪੱਕਾ ਦੇਣ ਟਾਈਮ ਦੇ ਪਾਬੰਦ ਹੋਣ ਵੀ 12 ਵਜੇ ਅਸੀਂ ਮੈਚ ਸਟਾਰਟ ਕਰਨੇ ਆ ਸਾਡੇ ਕੋਲ ਗਰਾਊਂਡ 2 ਹੋਣ ਪੂਰਾ ਟਾਈਮ ਮਿਲੇ ਠੀਕ ਆ ਜੀ ਇਹ ਕਮੇਟੀ ਵਾਲਿਆਂ ਨੂੰ ਕਿਹੜਾ ਹੋਣਾ ਪੈਣਾ ਜੇ ਤੁਸੀਂ ਬੰਦਿਸ਼ ਨਹੀਂ ਲਾਉਂਦੇ ਜਿੰਨਾ ਚੱਕ ਡਰ ਨਹੀਂ ਉਨਾ ਚੱਕ ਕਾਨੂੰਨ ਨਹੀਂ ਚੱਲਦਾ ਕਾਨੂੰਨ ਨਹੀਂ ਜੇ ਡਰ ਆ ਭਾਈ 11 ਵਜੇ ਟੀਮਾਂ ਐਂਟਰ ਕਰਕੇ 12 ਵਜੇ ਤੁਹਾਨੂੰ ਕਿਤੇ 11 ਵਜੇ ਬੁਲਾਉਣ ਤਾਂ ਤੁਸੀਂ ਜਾਓਗੇ ਅਸੀਂ ਤਾਂ 8 ਵਜੇ ਚਲੇ ਜਾਵਾਂਗੇ ਜੀ ਹਾਂ ਜਦ ਕੰਮ ਹੀ ਆਪਣਾ ਇਹ ਆ ਇਹਨਾਂ ਨੂੰ ਵੀ ਇਹੀ ਕਹੀਦਾ ਆਪਣਾ ਕੰਮ ਆ ਇਹ ਕੰਮ ਆ ਠੀਕ ਆ ਅਸੀਂ ਨਾਗਾ ਇੱਕ ਨਹੀਂ ਸਾਡਾ ਇੱਥੇ ਫੌਜੀਆਂ ਵਾਲਾ ਕੰਮ ਆ ਮੀਂਹ ਆਵੇ ਹਨੇਰੀ ਆਵੇ ਐਕਸਰਸਾਈਜ਼ ਹੋਣੀ ਹੋਣੀ ਆ ਅੱਛਾ ਐਤਵਾਰ ਦੀ ਛੁੱਟੀ ਹੋਣੀ ਆ ਨਹੀਂ ਛੁੱਟੀ ਨਹੀਂ ਹੋਣੀ ਮੀਂਹ ਹਨੇਰੀ ਚੋ ਕੋਸ ਮਰਜ਼ੀ ਹੋਵੇ ਅੱਛਾ ਉੱਤੇ ਜਾਣੀ ਉਹ ਵੀ ਤਫਾ ਤੇ ਪੂਰੇ ਬਿਲਕੁਲ ਜੀ ਚਾਹੇ ਜੇਠਾਰ ਦਾ ਦੁਪਹਿਰਾ ਵਾ ਚਾਹੇ ਸੌਣ ਭਾਦੋ ਦੀ ਬਾਕੀ ਸਾਰੇ ਦਾ ਟਾਈਮ ਟੇਬਲ ਆ ਸਵੇਰੇ ਸਟਾਰਟ ਐਕਸਰਸਾਈਜ਼ ਉਹੀ ਟਾਈਮ ਹੋਣੀ ਆ ਇਹ ਨਹੀਂ ਗੱਲ ਵੀ 2 ਮਿੰਟ ਬੰਦਾ ਕੋਈ ਲੇਟ ਹੋ ਗਿਆ ਉਹਨੂੰ ਡਨ ਮਿਲਣਾ ਹੀ ਮਿਲਣਾ ਇੱਥੇ ਜੇ 10 ਮਿੰਟ ਉੱਥੇ ਪਿਆ ਰਿਹਾ ਜਾਂ ਹੋਰ ਕੁਝ ਹੋ ਗਿਆ ਜੇ ਸਿਰ ਦੁਖਦਾ ਇੱਥੇ ਆ ਇੱਥੇ ਹਾਜ਼ਰੀ ਲਵਾ ਗਰਾਊਂਡ 'ਚ ਗਰਾਊਂਡ 'ਚ ਠੀਕ ਆ ਜੀ ਹਾਂ ਇਹ ਨਹੀਂ ਗੱਲ ਵੀ ਪਿਆ ਰਹੂ ਜਾਂ ਅੱਛਾ ਜੇ ਕੋਈ ਮੰਨ ਲਾ ਹੋਰ ਪਲੇਅਰ ਖੇਡਣ ਆਉਣਾ ਚਾਹੁੰਦਾ ਤੇ ਉਹਨੂੰ ਖਿਲਾਉਂਗੇ ਬਿਲਕੁਲ ਜੀ ਬਿਲਕੁਲ ਸਾਡੇ ਤਾਂ ਅਸੀਂ ਤਾਂ ਵੈਲਕਮ ਕਿਹੜੇ ਮਰਜ਼ੀ ਆਓ ਠੀਕ ਆ ਸਟੀਰੋਇਡ ਤੋਂ ਬਚੋ 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 ਨਸ਼ੇ ਤੋਂ ਬਚੋ ਚਲੋ ਹੋਰ ਬਾਜੀ ਕੋਈ ਗੱਲਬਾਤ ਵੀਰੇ ਸ਼ੇਅਰ ਕਰਨੀ ਚਾਹੁੰਦੇ ਹੋ ਬਸ ਇਹੀ ਸ਼ੇਅਰ ਕਰਨੀ ਚਾਹੁੰਦੇ ਆ ਵੀ ਤੁਸੀਂ ਜੇ ਪਿੰਡਾਂ ਵਾਲੇ ਕਲੱਬਾਂ ਦੇ ਮੂਹਰੇ ਬੇਨਤੀ ਆ ਜਿਹੜੇ ਬਾਮ ਬੂਮ ਪਲੇਅਰ ਲਾਉਂਦੇ ਆ ਜਾਂ ਦੂਜੀਆਂ ਚੀਜ਼ਾਂ ਸ਼ਾਰਟਕਟ ਕਰਦੇ ਆ ਨਾ ਵੀਰੇ ਕਰੋ ਠੀਕ ਆ ਮਹਾਰਾਜ ਬਾਲਾ ਬੇਅੰਤ ਆ ਜੇ ਚੌਲ ਬੀਜੋਗੇ ਚੌਲ ਹੀ ਉੱਗਣੇ ਨੇ ਠੀਕ ਆ ਨਾ ਬਾਕੀ ਨੰਬਰ 2 ਮੈਚ ਕਰਾਉਣੇ ਆ ਆਲ ਦੀਆਂ ਟੀਮਾਂ ਸੱਦ ਲਓ ਦਬਾਬੇ ਵਾਲੇ ਕਿਉਂ ਮੂਹਰੇ ਸੱਤੋ 8 ਟੀਮਾਂ ਸੱਦੇ ਆ ਤਕਰੀਬਨ 20-20 ਮੈਚ ਦਿੰਦੇ ਆ ਹੈ 30 ਮਿੰਟ 35 ਮਿੰਟ ਖਿਲਾਉਂਦੇ ਆ ਤੁਸੀਂ ਇੱਥੇ 4-4 ਕੌਡੀਆਂ ਤੁਸੀਂ ਤਾਂ ਕੌਡੀ ਦਾ ਬੇੜਾ ਗਰਕ ਕਰਦੇ ਹੋ ਉਦੋਂ 4 ਟੀਮਾਂ ਸੱਦ ਲਓ 6 ਸੱਦ ਲਓ 8 ਸੱਦ ਲਓ ਵਧੀਆ ਮੈਚ ਕਰਾਉਣਾ ਜਿਹੜੇ ਖੁੱਲੇ ਤੁਹਾਡੇ ਨਿਕਲਣਗੇ ਖੁੱਲੇ ਸੱਦਣ ਬਈ ਕੋਈ ਆਉਣ ਹਾਂ ਹਾਂ ਓਪਨ ਵਾਲੇ ਬਈ ਕੋਈ ਪਲੇਅਰ ਓਪਨ ਦੀਆਂ ਟੀਮਾਂ ਤੁਸੀਂ 2 ਗਰਾਊਂਡ ਕਰ ਲਓ ਉਹੀ ਹੈ ਨਾ ਓਪਨ ਦੀਆਂ ਟੀਮਾਂ ਬੜੀਆਂ ਸੱਦ ਲੈਂਦੇ ਆ ਟੀਮਾਂ ਆ ਜਾਂਦੀਆਂ ਸੱਦ ਨਹੀਂ ਜਾਂਦੇ ਟੀਮਾਂ ਆ ਜਾਂਦੀਆਂ ਨੇ ਜ਼ਿਆਦਾ ਆ ਜਾਂਦੀਆਂ ਠੀਕ ਆ ਕੁਛ ਕਮੈਂਟਰ ਕਮੁੰਟਰ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਟੀਮਾਂ ਵੀ ਅਸੀਂ ਆਪੇ ਭੁਗਤਾ ਦੇਵਾਂਗੇ ਅੱਛਾ ਠੀਕ ਆ ਉਹ ਕਹਿੰਦੇ ਆ ਵੀ ਟੀਮ ਤੁਸੀਂ ਬੇਫਿਕਰ ਹੋ ਬਾਈ ਅਸੀਂ ਭੁਗਤਾ ਦੇਵਾਂਗੇ ਹਾਂ 1000 ਰੁਪਏ ਐਂਟਰੀ ਆ 100 ਟੀਮ ਹੋ ਗਈ ਲੱਖ ਹੋ ਗਿਆ ਹਾਂ ਕਮੇਟੀ ਨਾਲ ਹੁੰਦਾ ਵੀ ਸਾਡਾ ਤਾਂ ਖਰਚੇ ਨਿਕਲਦੇ ਨੇ ਹਨਾ ਲਾਲਚ ਕੀ ਨੇ ਤੇ ਅੱਗੇ ਉਹ ਕਮੈਂਟਰ ਕਹਿੰਦੇ ਆ ਅਸੀਂ ਕਰਦੇ ਹਾਂ ਰਾਏਪੁਰੀ ਵਿੱਚ ਮਿਲੇ ਹੁੰਦੇ ਆ
ਚਲੋ ਬਈ ਤਿੰਨ ਤਿੰਨ ਗੋਡੀਆਂ ਚਲੋ ਜੀ ਉਹਨਾਂ ਨੂੰ ਐਂ ਤੁਸੀਂ ਚਿੰਤਾ ਨਾ ਕਰੋ ਅਸੀਂ ਲਪੇਟ ਦਿੰਦੇ ਹਾਂ ਅਸੀਂ ਉੱਥੇ ਗੋਡੀ ਦਾ ਘਾਣ ਹੁੰਦਾ ਗੋਡੀ ਦਾ ਘਾਣ ਹੋ ਗਿਆ ਠੀਕ ਹੈ ਜੀ ਉੱਥੇ ਤੁਸੀਂ ਵੱਧਵੀਆਂ ਟੀਮਾਂ ਰੱਖੋ ਸੀਮਤ ਟੀਮਾਂ ਰੱਖੋ ਦਸ ਰੱਖ ਲਓ ਬਾਰਾਂ ਰੱਖ ਲਓ ਪੰਦਰਾਂ ਰੱਖ ਲਓ ਆਲਦੀਆਂ ਰੱਖ ਲਓ ਟਾਈਮ ਦਓ ਪੂਰਾ ਮੇਰਾ ਇਹ ਕਹਿਣ ਦਾ ਮਤਲਬ ਆ ਕਿੰਨੀਆਂ ਮਰਜ਼ੀ ਟੀਮਾਂ ਗਰਾਊਂਡ ਬਣਾਓ ਫਿਰ ਜੇ ਟੀਮਾਂ ਤੁਸੀਂ ਜ਼ਿਆਦਾ ਰੱਖਣੀਆਂ ਤਿੰਨ ਗਰਾਊਂਡ ਬਣਾ ਲਓ ਤਿੰਨ ਬਣਾ ਦੋ ਪੰਦਰਾਂ ਪੰਦਰਾਂ ਵੀਹ ਵੀਹ ਗੋਡੀਆਂ ਤਾਂ ਦਿਓ ਨਾ ਉਹ ਵੀ ਫਿਰ ਰੈਪਰੀਆਂ ਦੇ ਵੀ ਬਾਕੀ ਖਰਚੇ ਵੱਧਦੇ ਆ ਫਿਰ ਉਹ ਤਿੰਨ ਬੰਦਾ ਬੁਲਾਉਂਦਾ ਚਾਰ ਤਾਂ ਰੈਪਰੀ ਬੁਲਾਉਂਦਾ ਅਗਲਾ ਫਿਰ ਉਹਦੇ ਲਈ ਹੋਰ ਚੱਲ ਉਹ ਤਾਂ ਰੈਪਰੀ ਹੁਣ ਜਦ ਪਿੰਡਾਂ 'ਚ ਆਪਣੇ ਮੁੰਡੇ ਹੁੰਦੇ ਨੇ ਗੋਡੀ ਵਾਲੇ ਵੀ ਹੁੰਦੇ ਇਹ ਵੀ ਗੱਲ ਤੂੰ ਵੀ ਗੋਡੀ ਖੇਡੀ ਹੈ ਛੋਟੇ ਹੁੰਦੇ ਸਾਰਿਆਂ ਨੇ ਖੇਡੀ ਆ ਸਾਰਿਆਂ ਨੂੰ ਪਤਾ ਹੀ ਹੈਗੀ ਪਲੇਅਰ ਨੂੰ ਲਾ ਲਓ ਕਿਸੇ ਨੂੰ ਪਲੇਅਰ ਨੂੰ ਲਾ ਉੱਥੇ ਮੁੰਡੇ ਆਏ ਹੁੰਦੇ ਆ ਸੱਤ ਤੋਂ ਲੈ ਲਓ ਸਵਾਵਾਂ ਕਦੋਂ ਮਰਜ਼ੀ ਸਾਨੂੰ ਕੁਛ ਨਾ ਦਿਓ ਮੈਂ ਭੇਜ ਦਾ ਗਰੂ ਰੈਪਰੀ ਮੈਂ ਆ ਜਾ ਕਰੂੰ ਠੀਕ ਆ ਜਿੰਨਾ ਮੇਰੇ ਕੋਲ ਟਾਈਮ ਆ ਇਹ ਨੀ ਗੱਲ ਵੀ ਮੈਂ ਸਵੇਰੇ ਵੜ ਕੇ ਹੱਥ ਨੇ ਨਿਕਲਾਂਗਾ ਬਾਕੀ ਸਾਡੇ ਮੁੰਡੇ ਤੋੜ ਦਿਆ ਕਰਾਂਗੇ ਠੀਕ ਆ ਜੇ ਤੁਸੀਂ ਪਰ ਕੌਡੀ ਨੂੰ ਸਾਂਭੋ ਕੌਡੀ ਨੂੰ ਸਾਂਭੋ ਉਹ ਵੀ ਗੱਲ ਕਰਨੀ ਹੈ ਕਿ ਕੈਂਪਾਂ ਬਾਰੇ ਅੱਛਾ ਕਿ ਕਈ ਮੁੰਡੇ ਮਿਲਦੇ ਆ ਜਿਵੇਂ ਹੁਣ ਪਿੰਡਾਂ ਦੇ ਵਿੱਚ ਚਲੋ ਪਤਾ ਕਿ ਬਾਈ ਨਾਲ ਵਧੀਆ ਪਿਆਰ ਆਪਣਾ ਜਿਵੇਂ ਕਹਾਂਗੇ ਉੱਕਣ ਕਰਦੇ ਆ ਉਹ ਕਹਿੰਦੇ ਵੀ ਕੈਂਪਾਂ ਚ ਅਸੀਂ ਜਾਂਦੇ ਹਾਂ ਜਿਵੇਂ ਆਰਮੀ ਦੇ ਨਾਂ ਤੇ ਲੱਗੇ ਹੋਏ ਆ ਕਈ ਕੈਂਪ ਵਧੀਆ ਬਹੁਤ ਨੇ ਬਹੁਤ ਵਧੀਆ ਕਈ ਕੈਂਪਾਂ ਦੇ ਵਿੱਚ ਉਹ ਕਹਿੰਦੇ ਵੀ ਨਾ ਤਾਂ ਸਹੀ ਢੰਗ ਨਾਲ ਐਕਸਰਸਾਈਜ਼ ਕਰਾਉਂਦੇ ਆ ਤੇ ਨਾ ਡਾਇਟ ਅੱਛਾ ਮਤਲਬ ਉਹ ਕਹਿੰਦੇ ਕਿ ਬਾਈ ਨੂੰ ਜ਼ਰੂਰ ਸਵਾਲ ਕਰਿਓ ਕਿ ਜੇ ਅਸੀਂ ਕੋਈ ਹੁਣ ਕੋਈ ਬਾਈ ਸਾਰੇ ਕੌਡੀ ਨਹੀਂ ਖੇਡਦੇ ਪੰਜਾਬ ਕੌਡੀ ਨਹੀਂ ਖੇਡਦੇ ਕੋਈ ਪੁਲਿਸ ਦਾ ਕਹਿੰਦਾ ਕੋਈ ਆਰਮੀ ਦਾ ਕਹਿੰਦਾ ਫੌਜ ਭਰਤੀ ਹੋਣ ਨੂੰ ਹਾਂਜੀ ਹਾਂਜੀ ਜੇ ਅਸੀਂ ਇੱਥੇ ਕਿ ਬਾਈ ਜੀ ਇਹ ਆਉਣਾ ਚਾਹੀਏ ਤੇ ਉਹਦੇ ਬਾਰੇ ਬਾਈ ਜੀ ਨੂੰ ਜ਼ਰੂਰ ਸਵਾਲ ਕਰੋ ਬਾਜੀ ਵੀਰ ਜਿਹੜੀ ਵੀਰ ਨੇ ਨਿੰਮ ਨੇ ਗੱਲ ਦੱਸੀ ਬਈ ਮੰਨ ਲਾ ਕੋਈ ਫੌਜ ਚ ਭਰਤੀ ਹੋਣਾ ਅਗਲਾ ਟ੍ਰੇਨਿੰਗ ਲੈਣ ਚਾਹੁੰਦਾ ਫਿਟਨੈਸ ਲਈ ਜੇ ਉਹਦਾ ਜਾਨ ਆ ਰਨਿੰਗ ਆ ਉਹ ਵੀ ਕੋਈ ਹੈ ਕਰਦ ਬਿਲਕੁਲ ਸਾਡਾ ਤਾਂ ਖੁੱਲਾ ਸੱਦਾ ਜੀ ਨਹੀਂ ਉਹ ਪਲੇਅਰ ਤੇ ਇਹ ਪਲੇਅਰ ਉਹਦੇ ਤੇ ਰਨਿੰਗ ਬਹੁਤ ਚਾਹੀਦੀ ਆ ਕੋਈ ਚੱਕਰ ਉਹਦੇ ਲਈ ਟਾਈਮ ਕਿਵੇਂ ਦਵੋਗੇ ਇੱਥੇ ਆਪਣਾ ਗਰਾਊਂਡ ਬਣਿਆ ਹੋਇਆ ਜੀ ਅੱਛਾ ਆ ਸਾਡੀ ਪਹੀ ਦੇ ਤਿੰਨ ਗੇੜਾਂ ਦਾ ਕਿਲੋਮੀਟਰ ਬਣਦਾ ਇੱਕ ਅੱਛਾ ਇਹਦਾ ਅੱਛਾ ਇੱਥੇ ਨਾਲੇ ਨਿਗਾਹ ਤਾਂ ਸਾਡੇ ਇੱਥੇ ਕਰਾਵਾਂਗੇ ਤਿਆਰੀ ਉਹਦੇ ਲਈ ਹਾਂਜੀ ਉਹਦੇ ਲਈ ਤੁਸੀਂ ਪ੍ਰਪੇਅਰ ਹੋ ਪੂਰੇ ਬਿਲਕੁਲ ਜੀ ਬਿਲਕੁਲ ਬਈ ਫੌਜ ਚਾਹ ਕੁਛ ਹੁੰਦਾ ਵਾ ਉਹਦੇ ਲਈ ਆ ਅਸੀਂ ਜੀ ਤਕਰੀਬਨ ਬਾਹਲਾ ਨਹੀਂ ਤਾਂ ਚਲੋ ਦੋ ਮਹੀਨੇ ਚ ਅਸੀਂ ਬੰਦਾ ਰੇਸ ਕੱਢੂਗਾ ਪਹਿਲੇ ਪੰਜਾਂ ਸੱਤਾਂ ਜਾਊਗਾ ਉਹ ਜਿਹੜੀ ਟ੍ਰੇਨਿੰਗ ਆ ਹਾਂ ਟ੍ਰੇਨਿੰਗ ਉਹਦੇ ਲਈ ਹਾਂ ਕੋਈ ਫੌਜ ਰੇਸ ਹੀ ਆ ਮੇਨ ਪਹਿਲੇ ਦਾ ਪਹਿਲਾਂ ਤਾਂ ਰੇਸ ਹੀ ਰਨਿੰਗ ਆ ਹਾਂ ਰਨਿੰਗ ਹੀ ਆ ਹੈਨਾ ਉਹ ਦੁਬਾਰਾ ਲੌਂਗ ਜੰਪ ਜਾਂ ਉਹ ਤਾਂ ਵਿੱਚ ਹੀ ਆ ਉਹ ਤਾਂ ਸਰ ਜਦ ਤੁਸੀਂ ਰੇਸ ਕੱਢਦੇ ਉਹ ਤਾਂ ਸਾਰੇ ਆਪੇ ਨਿਕਲ ਜਾਣੇ ਆ ਆਪੇ ਨਿਕਲ ਜਾਂਦੇ ਆ ਉਹਦੇ ਲਈ ਪ੍ਰੈਕਟਿਸ ਆ ਕਿਉਂਕਿ ਕੋਈ ਫੌਜ ਚ ਭਰਤੀ ਹੋਣਾ ਚਾਹੁੰਦਾ ਕੋਈ ਪੰਜਾਬ ਪੁਲਿਸ ਚ ਜਾਂ ਕੋਈ ਹੋਰ ਜਦੋਂ ਉਹਨੇ ਮੈਂ ਵੀ ਫਿਟਨੈਸ ਆ ਗਈ ਇੱਥੇ ਆ ਗਿਆ ਮੈਦਾਨ ਚ ਫਿਰ ਤਾਂ ਵੱਧਦਾ ਹੀ ਜਾਣਾ ਹੈਨਾ ਵੱਧ ਹੁਣ ਇਹਨਾਂ ਨੂੰ ਪੰਜ ਦਿਨ ਚ ਲਵਾ ਦੇ ਕੱਢ ਦੇਣਗੇ ਚਲੋ ਹੋਰ ਕੋਈ ਮਨ ਦੀ ਬਾਜੀ ਗੱਲਬਾਤ ਨਹੀਂ ਬਸ ਹੋਰ ਠੀਕ ਆ ਜੀ ਸੋ ਅੱਜ ਆਪਾਂ ਉਹ ਸਟਾਰ ਜਿਹਨੂੰ ਪੰਜਾਬ ਦੇ ਹਿੰਦੁਸਤਾਨ ਦੇ ਦੁਨੀਆ ਦੇ ਵੱਡੇ ਵੱਡੇ ਮੱਲਾਂ ਨੂੰ ਰੋਕਿਆ ਵਾ ਅਤੇ ਬਾਜੀ ਜੰਡ ਉਹਦੀ ਆਪਾਂ ਜੀਵਨੀ ਬਾਰੇ ਜਾਣਿਆ ਵਾ ਬਹੁਤ ਗੱਲਾਂ ਹਜੇ ਰਹਿ ਗਈਆਂ ਕਿਉਂਕਿ ਹਜ਼ਾਰਾਂ ਹੀ ਟੂਰਨਾਮੈਂਟ ਖੇਡੇ ਆ ਅਤੇ ਉਹ ਦਿਮਾਗ 'ਚ ਛਵੀ ਬਣੀ ਆ ਅਤੇ ਨਵੇਂ ਮੁੰਡੇ ਅੱਜ ਆਪਣੀ ਅਕੈਡਮੀ ਚਲਾ ਰਹੇ ਆ ਅਤੇ ਇਲਾਕੇ ਦਾ ਵੀ ਸਹਿਯੋਗ ਆ ਬਾਹਰੋਂ ਦੇਸ਼ ਵਿਦੇਸ਼ 'ਚੋਂ ਮਿੱਤਰਾਂ ਦੋਸਤਾਂ ਦਾ ਬਾਜੀ ਨੂੰ ਸਹਿਯੋਗ ਆ ਅਤੇ ਆਪ ਐਤਕੀ ਮੈਦਾਨ ਦੇ ਵਿੱਚ 48 ਸਾਲ ਦੀ ਉਮਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਤੁਸੀਂ ਗਰਾਊਂਡਾਂ ਦੇ ਵਿੱਚ ਫਿਰ ਬਾਜੀ ਜੰਡ ਨੂੰ ਦੇਖੋਗੇ ਸੋ ਇਹ ਅੱਜ ਦੀ ਮੁਲਾਕਾਤ ਸਾਡੀ ਮਾਲਵਾ ਟੀਵੀ ਦੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਅਤੇ ਆਉਣ ਵਾਲੇ ਸਮੇਂ 'ਚ ਵੀ ਕਬੱਡੀ ਖਿਡਾਰੀਆਂ ਨਾਲ ਅਸੀਂ ਤੁਹਾਡੀ ਜਾਣ ਪਛਾਣ ਕਰਾਉਂਦੇ ਰਹਾਂਗੇ ਉਹਨਾਂ ਦੀ ਜੀਵਨੀ ਬਾਰੇ ਅਤੇ ਬਾਜੀ ਵੀਰ ਨੇ ਮੈਸੇਜ ਵੀ ਦਿੱਤਾ ਵੀ ਨਸ਼ਿਆਂ ਤੋਂ ਬਚੋ ਸੋ ਪਰਮਾਤਮਾ ਕਿਰਪਾ ਕਰੇ ਪੰਜਾਬ ਦੀ ਜਵਾਨੀ ਸਾਂਭ ਕੇ ਰੱਖੀਏ ਸੋ ਇਹ ਮਾਲਵਾ ਟੀਵੀ ਦਾ ਉਪਰਾਲਾ ਸਾਡੇ ਭਾਅ ਜੀ ਜੋ ਮਾਲਵਾ ਟੀਵੀ ਦੇ ਓਨਰ ਨੇ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਗਰੇਵਾਲ ਤਰਸੇਮ ਜੀ ਅਤੇ ਸਾਡੇ ਕੈਮਰਾਮੈਨ ਸਤਨਾਮ ਜੀ ਅਤੇ ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ ਫਿਰ ਅਗਲੀਆਂ ਮੁਲਾਕਾਤਾਂ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਰੱਬ ਰਾਖਾ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ